ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਸਰਕਾਰ ਵੱਲੋਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜੋ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਹਨ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਹੀ ਇਸਦੇ ਧੂੰਏ ਕਾਰਨ ਕਈ ਹਾਦਸੇ ਵੀ ਵਾਪਰ ਜਾਂਦੇ ਹਨ। ਅਜਿਹੀ ਇੱਕ ਘਟਨਾ ਵਾਪਰੀ ਹੈ ਪਿੰਡ ਗਿੱਲ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਜਿੱਥੇ ਇੱਕ ਪਰਿਵਾਰ ਕਿਤੇ ਜਾ ਰਿਹਾ ਸੀ ਪਰ ਰਸਤੇ 'ਚ ਕਿਸਾਨ ਵੱਲੋਂ ਪਰਾਲੀ ਨੂੰ ਅੱਗ ਲਗਾਈ ਹੋਈ ਸੀ ਜਿਸਦੇ ਚਲਦਿਆਂ ਧੂੰਆਂ ਜ਼ਿਆਦਾ ਹੋਣ ਕਾਰਨ ਇਸ ਪਰਿਵਾਰ ਨਾਲ ਇੱਕ ਹਾਦਸਾ ਵਾਪਰ ਗਿਆ ਅਤੇ ਇਸ ਪਰਿਵਾਰ ਨੇ ਆਪਣੀ ਜਾਨ ਮਸਾਈ ਬਚਾਈ ਪਰ ਨਵਾਂ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਮੈਨੂੰ ਦਿਸਿਆ ਕੁਛ ਨੀ, ਮੇਰਾ ਰੋਡ ਤੇ ਸੀ ਮੋਟਰਸਾਈਕਲ, ਮੈਂ ਬਥੇਰਿਆ ਕੋਸ਼ਿਸ਼ ਕੀਤੀ ਖਿੱਚਣ ਵਾਸਤੇ। ਓਦੋ ਬਾਅਦ ਮੇਰਾ ਪਰਿਵਾਰ ਨਾਲ ਸੀਗਾ, ਮੇਰਾ ਬੱਚਾ ਸੀ ਨਾਲ, ਇੱਕ ਮੇਰੇ ਘਰ ਵਾਲੀ ਸੀ। ਉਹਨਾਂ ਨੂੰ ਮੈਂ ਭੱਜ ਗਿਆ, ਮੈਂ ਤੁਸੀਂ ਨਿਕਲੋ, ਉਹ ਭੱਜ ਕੇ ਨਿਕਲੇ। ਇੰਨੀ ਅੱਗ ਲਾਟ ਹੋ ਗਈ ਸੀ ਜੀ ਵੀ ਮੋਟਰਸਾਈਕਲ ਮੇਰੇ ਖਿੱਚਿਆ ਨਹੀਂ ਗਿਆ, ਮੋਟਰਸਾਈਕਲ ਸੜ ਗਿਆ ਤੇ ਅਸੀਂ ਭੱਜ ਕੇ ਨਿਕਲੇ ਹਾਂ। ਫਿਰ ਮੇਰੇ ਨਿਕਲਦੇ ਨਿਕਲਦੇ ਮੇਰੇ ਪੈਰ ਪੂਰ ਸੜ ਗਏ ਨੇ, ਮੇਰੇ ਹੱਥ ਪੈਰ ਵੀ ਸੜ ਗਏ ਨੇ ਜੀ। ਆਹ ਗੱਲ ਮੋਟਰਸਾਈਕਲ ਕਿਹੜਾ ਸੀਗਾ? ਇਹ ਡੀਲੈਕਸ ਮੋਟਰਸਾਈਕਲ ਸੀ ਮੇਰਾ ਜੀ, ਨਵਾਂ ਮੋਟਰਸਾਈਕਲ, ਇਹਨੂੰ ਸਾਲ ਕੁ ਹੋਇਆ ਜੀ ਮੋਟਰਸਾਈਕਲ। ਸਾਂਝ ਟੀਵੀ ਲਈ ਜਤਿੰਦਰਪਾਲ ਸਿੰਘ ਕਲੇਰ ਦੀ ਸਪੈਸ਼ਲ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।